ਫਾਜ਼ਿਲਕਾ ਦੀ ਸਾਦਕੀ ਸਰਹੱਦ ਤੇ ਵੀ ਹੁਣ ਵਾਗਾ ਸਰਹੱਦ ਵਾਂਗ ਪਰੇਡ ਸੈਰੇਮਨੀ ਹੋਏਗੀ। ਇਸ ਥਾਂ ਨੂੰ ਵੀ ਹੁਣ ਸੈਲਾਨੀਆਂ ਦੀ ਆਮਦ ਦੇ ਲਈ ਤਿਆਰ ਕੀਤਾ ਜਾਏਗਾ। ਦੱਸ ਦਈਏ ਕਿ ਫਾਜ਼ਿਲਕਾ ਤੋਂ 13 ਕਿਲੋਮੀਟਰ ਦੀ ਦੂਰੀ ਤੇ ਸਰਹੱਦ ਤੇ 3 ਚੈੱਕ ਪੋਸਟ ਅਜਿਹੇ ਹਨ ਜਿੱਥੇ ਕਿ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਨਾਲ ਲੱਗਦੀਆਂ ਨੇ ਅਤੇ ਇਸ ਸੰਬੰਧੀ ਗੱਲਬਾਤ ਦੋਵੇਂ ਮੁਲਕਾਂ ਵਿਚਾਲੇ ਚੱਲ ਰਹੀ ਹੈ। ਵੀ ਲੋਕ ਇੱਥੇ ਦੂਰੋਂ ਦੂਰੋਂ ਪ੍ਰੈਟਕ ਆ ਕੇ ਨੂੰ ਬਾਰਡਰ ਨੂੰ ਦੇਖਣ ਅਤੇ ਉੱਥੇ ਸਿੱਧਾ ਰੂਪ 'ਚ ਅਸੀਂ ਜਿਹੜਾ ਇੱਥੇ ਅਸੀਂ ਇੱਕ ਦੋ ਤਿੰਨ ਵਾਰੀ ਅੱਗੇ ਵੀ ਜਿਹੜਾ ਬਾਰਡਰ ਵਿਕਾਸ ਫਰੰਟ ਦੀ ਤਰਫੋਂ ਅਸੀਂ ਮੰਗ ਕੀਤੀ ਸੀ ਵੀ ਇੱਥੇ 0 ਪੁਆਇੰਟ ਦੇ ਉੱਤੇ ਹੀ ਜਿਹੜਾ ਦੋਵੇਂ ਝੰਡੇ ਵਾਲਾ ਜਿਹੜਾ ਰਸਮ ਕੀਤੀ ਜਾਵੇ ਜਿਵੇਂ ਕਿ ਆਪਣੇ ਫਿਰੋਜ਼ਪੁਰ ਹੈ ਅਤੇ ਅੰਮ੍ਰਿਤਸਰ ਹੈ। ਅਤੇ ਉਹਨੂੰ ਪਤਾ ਲੱਗਿਆ ਸਾਨੂੰ ਵੀ ਯਾਨੀ ਕਿ ਮੀਟਿੰਗ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਇਸ ਆਵਾਜ਼ ਉਠਾਈ ਸੀ ਅਤੇ ਪਾਕਿਸਤਾਨ ਨੇ ਸਮਰਥਨ ਕਰਤਾ। ਠੀਕ ਹੈ ਜੀ, ਉਹਨਾਂ ਦੇ ਅਧਿਕਾਰੀਆਂ ਨੇ ਕਿਹਾ ਵੀ ਅਸੀਂ ਮਿਲ ਕੇ ਆਪਾਂ ਇਹ ਜਿਹੜਾ ਪ੍ਰਯਾਸ ਕਰਾਂਗੇ ਵੀ ਜਿਹਦੇ ਨਾਲ ਪਬਲਿਕ ਦੂਰ ਜਿਹੜੀ ਦੇਖਦੀ ਉਹਨੂੰ ਨੇੜੇ ਦੇਖਿਆ ਕਰੇਗੀ। ਸੀਮਾ ਸੁਰੱਖਿਆ ਬਲ ਦੀ ਤਰਫ ਤੋਂ ਫਾਜ਼ਿਲਕਾ ਦੀ ਜੋ ਸਾਦਕੀ ਚੌਕੀ ਹੈ ਉਹਨੂੰ ਵੀ ਵਾਹਗਾ ਬਾਰਡਰ ਦੀ ਤਰ੍ਹਾਂ ਹੀ ਇੱਕ ਪ੍ਰੈਟਕ ਸਥਲ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਫਾਜ਼ਿਲਕਾ ਇੱਕ ਬਾਰਡਰ ਏਰੀਆ ਹੋਣ ਕਰਕੇ ਅੱਜ ਤੱਕ ਪਿਛੜੇ ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਲੇਕਿਨ ਜੇ ਫਾਜ਼ਿਲਕਾ ਦੇ ਵਿੱਚ ਵੀ ਵਾਹਗਾ ਬਾਰਡਰ ਦੀ ਤਰ੍ਹਾਂ ਹੀ ਇੱਕ ਬਾਰਡਰ ਅੱਛਾ ਵਿਕਸਿਤ ਹੋ ਜਾਂਦਾ ਹੈ ਜਿੱਥੇ ਪ੍ਰੈਟਕ ਸਥਲ ਵੀ ਵਿਕਸਿਤ ਹੋ ਜਾਂਦਾ ਹੈ ਤਾਂ ਓਬਵੀਅਸਲੀ ਕਿ ਫਾਜ਼ਿਲਕਾ ਦੇ ਲੋਕਾਂ ਦਾ ਰੋਜ਼ਗਾਰ ਵੀ ਵਧੇਗਾ ਔਰ ਇੱਥੇ ਵੀ ਲੋਕਾਂ ਦੀ ਜਿਹੜੀ ਆਮਦ ਉਹ ਵਧੇਗੀ, ਲੋਕਾਂ ਵਾਸਤੇ ਇੱਕ ਅੱਛਾ ਪ੍ਰੈਟਕ ਸਥਲ ਬਣ ਜਾਏਗਾ।